ਇਹ 10 ਤਰੀਕ ਦਾ ਪਿਛਲੇ ਮਹੀਨੇ ਜੂਨ ਦੇ ਮਹੀਨੇ ਦਾ ਇਹ ਵਾਕਿਆ ਜੀ, ਜੋ ਹਫ਼ਤੇ ਬਾਅਦ 17 ਜੂਨ ਨੂੰ ਅਸੀਂ ਪ੍ਰੈਸ ਨਾਲ ਸਾਂਝਾ ਕੀਤਾ ਸੀ। 10 ਜੂਨ ਨੂੰ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ, ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਪਿੱਛੇ ਵੇਖ ਰਹੇ ਹੋ, ਆ ਬੋਰਡ ਲੱਗੇ ਆ, ਉਹਨਾਂ ਦੀ ਅਚਾਨਕ ਅਚਨਚੇਤ ਨਗਰ 'ਚੋਂ ਗਾਇਬ ਹੋ ਜਾਣਾ, ਔਰ ਅੱਜ ਉਸ 10 ਤਰੀਕ ਤੋਂ ਲੈ ਕੇ ਅੱਜ 4 ਤਰੀਕ ਹੋ ਗਈ ਆ ਜੀ, 24 ਦਿਨ ਬੀਤਣ ਤੋਂ ਬਾਅਦ ਵੀ ਪੰਜਾਬ ਦੀ ਪੁਲਿਸ ਅਤੇ ਪੰਜਾਬ ਦੀ ਸਰਕਾਰ ਬਿਲਕੁਲ ਕਲੂਲੈਸ ਹੈ। ਪਰਿਵਾਰ ਨੂੰ, ਉਹਨਾਂ ਦੀ ਬੇਟੀ ਨੂੰ, ਧਰਮ ਪਤਨੀ ਨੂੰ, ਪਰਿਵਾਰ ਸਾਰੇ ਨੂੰ, ਮਾਤਾ ਜੀ 90 ਸਾਲ ਦੇ ਨੇ, ਅੰਦਰ ਰੋਈ ਤੁਰੀ ਜਾਂਦੇ ਨੇ, ਪਰਿਵਾਰ ਨੂੰ ਹਾਲੇ ਤੱਕ ਪੁਲਿਸ ਕੁਛ ਨਹੀਂ ਦੱਸ ਪਾ ਰਹੀ ਕਿ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ, ਜਿਹੜੇ ਇੱਕ ਨਿਤਨੇਮੀ ਗੁਰਸਿੱਖ ਅੰਮ੍ਰਿਤਧਾਰੀ ਸਿੰਘ, ਗੁਰੂ ਦੇ ਭੈ 'ਚ ਰਹਿਣ ਵਾਲੇ, ਸੇਵਾ ਭਾਵਨਾ ਵਾਲੇ ਸਿੰਘ, ਗਏ ਕਿੱਧਰ ਗਏ? ਔਰ ਮੈਂ ਸਮਝਦਾ ਭਗਵੰਤ ਮਾਨ ਸਰਕਾਰ ਲਈ ਇਹ ਤੋਂ ਵੱਡਾ ਫੇਲੀਅਰ ਕੋਈ ਨਹੀਂ ਹੋ ਸਕਦਾ ਲਾਅ ਐਂਡ ਆਰਡਰ ਦਾ, ਕਿ ਬਾਰਡਰ ਦਾ ਡਿਸਟ੍ਰਿਕਟ ਹੋਵੇ। ਇੰਡੋ ਪਾਕ ਬਾਰਡਰ 'ਤੇ ਹਰਸ਼ਾ ਸ਼ੀਨਾ ਸ਼ਬਾਜਪੁਰ ਪਿੰਡ ਦਾ ਇੱਕ ਵਸਨੀਕ ਗਾਇਬ ਹੋ ਜਾਵੇ ਅਤੇ ਪੁਲਿਸ ਇਹੀ ਨਹੀਂ ਦੱਸ ਪਾ ਰਹੀ ਕਿ ਬੰਦਾ ਗਿਆ ਅਤੇ ਕਿੱਥੇ ਗਿਆ। ਮੈਂ ਜਿਹੜੀ ਗੱਲ ਕਰਨ ਲੱਗਿਆ, ਪਰਿਵਾਰ ਨੂੰ ਮੇਰੀ ਗੱਲ ਚੰਗੀ ਨਹੀਂ ਲੱਗਣੀ, ਮਗਰ ਮੈਂ ਅੱਜ ਮਜਬੂਰ ਹੋ ਕੇ ਉਹ ਸਖਤ ਗੱਲ ਕਹਿਣ ਲੱਗਿਆ ਕਿ ਭਗਵੰਤ ਮਾਨ ਜੀ ਆ ਜੋੜੇ ਹੱਥ, 3 ਕਰੋੜ ਆਬਾਦੀ ਦੀ, ਪੰਜਾਬੀਆਂ ਦੀ ਜ਼ਿੰਮੇਵਾਰੀ ਆ ਤੁਹਾਡੇ 'ਤੇ। ਉਹ ਭਾਈ ਪਰਿਵਾਰ ਨੂੰ ਇਹਨਾਂ ਤਾਂ ਦੱਸ ਦਿਓ ਕਿ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਜਿਉਂਦੇ ਨੇ ਕਿ ਨਹੀਂ ਜਿਉਂਦੇ ਨੇ, ਮਤਲਬ ਕਿਹੜੇ ਹਾਲਾਤਾਂ 'ਚ ਪਰਿਵਾਰ 'ਚ ਨੂੰ ਰੱਖਿਆ। ਪਰਿਵਾਰ ਇੱਕ ਵਾਰੀ ਨਹੀਂ, ਅਨੇਕਾਂ ਵਾਰੀ, ਮੈਨੂੰ ਅਫਸੋਸ ਹੈ ਕਿ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਅੱਜ, ਮਜਬੂਰਨ ਮੈਂ ਕਹਿ ਰਿਹਾ। ਮੈਂ ਆਸ ਕਰਦਾ, ਉਮੀਦ ਕਰਦਾ ਕਿ ਸਰਦਾਰ ਸਾਹਿਬ ਸਿਹਤਮੰਦ ਹੋਣਗੇ, ਠੀਕ ਹੋਣਗੇ, ਮਗਰ ਪਰਿਵਾਰ ਲਈ ਇਸ ਗੱਲ ਨੂੰ ਕੀ, ਉਹ ਕਿਵੇਂ ਇਸ ਗੱਲ ਦੀ ਸੰਤੁਸ਼ਟੀ ਕਰਨ ਕਿ ਉਹ ਠੀਕ ਨੇ ਕਿ ਨਹੀਂ ਠੀਕ ਹੈ, ਜਦ ਉਹਨਾਂ ਨਾਲ ਕੋਈ ਸੰਪਰਕ ਹੀ ਨਹੀਂ। ਔਰ ਜੇ ਕਿਸੇ ਦਾ ਜੀ ਉਹਨੂੰ ਲੱਭੇ ਨਾ ਤਾਂ ਉਹ ਕਿਹਦੇ ਕੋਲ ਜਾਊ? ਪੁਲਿਸ ਕੋਲ ਜਾਊ, ਸਰਕਾਰ ਕੋਲ ਜਾਊ? ਮਗਰ ਜੇ ਪੁਲਿਸ ਅਤੇ ਸਰਕਾਰ ਅੱਗਿਓਂ ਜਵਾਬ ਹੀ ਕੋਈ ਨਾ ਦੇਵੇ, ਮਿੱਟੀ ਦੇ ਵਾਹਵੇ ਬਣ ਜਾਣ, ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਪਰਿਵਾਰ ਦਾ ਕੀ ਹਾਲਾਤ ਬਣਿਆ ਪਿਆ। ਅੱਜ ਮਜਬੂਰਨ ਮੈਂ ਇਸ ਮੁੱਦੇ 'ਤੇ ਕੋਈ ਪੋਲੀਟਿਕਸ ਨਹੀਂ ਕਰਦਾ, ਇਹ ਗੱਲ ਮੈਂ ਉਸ ਦਿਨ ਵੀ ਸਪਸ਼ਟ ਕੀਤੀ ਸੀ, ਮਗਰ ਅੱਜ ਮਜਬੂਰਨ ਮੈਨੂੰ ਸਖਤ ਗੱਲਾਂ ਕਹਿਣੀਆਂ ਪੈਣੀਆਂ। ਇੱਕ NRI ਪਰਿਵਾਰ ਹੈ ਜੀ, ਆ ਬੱਚੇ ਨੇ ਉੱਥੋਂ ਬਾਹਰੋਂ, ਉਹਨੇ ਆਪਦੀ ਵੀਡੀਓ, ਇਹਨਾਂ ਦੇ ਬੇਟੇ ਨੇ, ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਦੇ ਬੇਟੇ ਨੇ ਵੀਡੀਓ ਚੜ੍ਹਾਈ ਆ, ਮੈਂ ਉਹਨੇ ਸ਼ੇਅਰ ਕਰੂੰਗਾ। ਮਗਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਆ ਉਹਨਾਂ ਦੀ ਬੇਟੀ ਬਾਹਰੋਂ ਆ ਕੇ, ਜਿਹੜੀ ਇੱਕ NRI ਹੈ ਅਤੇ ਨਾਲ ਉਹਨਾਂ ਦਾ ਸਨ ਇਨ ਲਾਅ ਜਵਾਈ ਸਾਹਿਬ, ਪਿਛਲੇ 25 ਦਿਨਾਂ ਦੇ ਆ ਕੇ ਇੱਥੇ ਬੈਠੇ ਆ, ਕਿ ਪੰਜਾਬ ਸਰਕਾਰ ਦੀ, ਭਗਵੰਤ ਮਾਨ ਦੀ ਕੋਈ ਜਵਾਬਦੇਹੀ ਹੈ NRI ਪਰਿਵਾਰਾਂ ਪ੍ਰਤੀ? ਪੰਜਾਬੀਆਂ ਪ੍ਰਤੀ ਤਾਂ ਤੁਸੀਂ ਜਵਾਬਦੇਹੀ ਹੈ ਨਹੀਂ, ਤੁਸੀਂ ਸਪਸ਼ਟ ਕਰਤਾ,
ਤੁਹਾਡੀ ਸਰਕਾਰ ਤਾਂ ਐਨ ਆਰ ਆਈ ਵਾਲੇ ਬੜੇ ਵੱਡੇ ਪੱਧਰ 'ਤੇ ਤੁਸੀਂ ਕਹਿੰਦੇ ਹੋ ਤੁਹਾਨੂੰ ਐਨ ਆਰ ਆਈ ਨੇ ਸਪੋਰਟ ਦਿੱਤੀ, ਤਾਂ ਐਨ ਆਰ ਆਈ ਦੀ ਸੁਣ ਲਓ ਫਿਰ। ਅਫਸੋਸ ਇਸ ਗੱਲ ਦਾ ਕਿ ਸਰਦਾਰ ਲਖਵਿੰਦਰ ਸਿੰਘ ਲੱਖਾ ਸਾਹਿਬ ਬਾਰੇ ਇੱਕ ਵੀ ਪੁਲਿਸ ਕੋਲ ਜਵਾਬ ਨਹੀਂ ਹੈ। ਔਰ ਮੈਂ ਉਸ ਦਿਨ ਵੀ ਕਹਿ ਕੇ ਗਿਆ ਸੀ, ਅੱਜ ਮੈਂ ਸਿੱਧੇ ਤੌਰ 'ਤੇ ਕਹਿ ਰਿਹਾ, ਆ ਮੰਤਰੀ ਸਾਹਿਬ ਇੱਥੋਂ 5 ਕਿਲੋਮੀਟਰ ਦੀ ਦੂਰੀ 'ਤੇ ਨੇ, ਵੱਧ ਤੋਂ ਵੱਧ 10 ਕਿਲੋਮੀਟਰ ਦੀ ਦੂਰੀ 'ਤੇ ਹੋਣੇ ਸਰਦਾਰ ਧਾਲੀਵਾਲ ਸਾਹਿਬ, ਕੁਲਦੀਪ ਸਿੰਘ ਜੀ ਧਾਲੀਵਾਲ ਸਾਹਿਬ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਪਰਿਵਾਰ ਦਾ ਦਰਦ ਮਹਿਸੂਸ ਨਹੀਂ ਹੁੰਦਾ ਜੀ? ਇਸ ਬੇਟੀ ਦਾ ਦਰਦ, ਇਹਦੇ ਘਰਦਿਆਂ ਦਾ ਦਰਦ, ਉਸ ਮਾਤਾ ਦਾ ਦਰਦ ਮਹਿਸੂਸ ਨਹੀਂ ਹੁੰਦਾ? ਕਿ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਉਹ ਆ ਕੇ ਇਸ ਪਰਿਵਾਰ ਦੀ ਮਦਦ ਕਰਨ? ਅੱਜ ਜਦ ਤੁਸੀਂ ਮਦਦ ਨਹੀਂ ਕਰਦੇ, ਤੁਸੀਂ ਇਹਨਾਂ ਦਾ ਪਤਾ ਵੀ ਨਹੀਂ ਲੈਣ ਆਉਂਦੇ, ਤਾਂ ਫਿਰ ਇੱਥੋਂ ਮਨਸ਼ਾ ਸਾਫ਼ ਹੁੰਦੀ ਆ ਕਿ ਤੁਹਾਡੀ ਇਸ ਐੱਨ ਆਰ ਆਈ ਪਰਿਵਾਰ ਪ੍ਰਤੀ, 90 ਸਾਲ ਦੀ ਮਾਤਾ ਪ੍ਰਤੀ ਤੁਹਾਡੀ ਸੋਚ ਕੀ ਆ। ਔਰ ਉਹ ਗੱਲਾਂ ਅੱਜ ਸਾਬਤ ਹੋ ਰਹੀਆਂ ਨੇ। ਮੈਂ ਮਜਬੂਰਨ ਕਹਿਣਾ ਚਾਹ ਰਿਹਾ, ਕਿੱਥੇ ਨਾ ਕਿੱਥੇ ਉਹ ਗੱਲ ਸੱਚੀ ਹੋ ਰਹੀ ਆ ਜਿਹੜੀ ਗੱਲ ਦੀ ਵੀਡੀਓ ਮੈਂ ਪਿਛਲੀ ਵਾਰੀ ਸ਼ੇਅਰ ਕੀਤੀ ਸੀ ਕਿ ਇਸ ਪਰਿਵਾਰ ਦੋ ਹੀ ਇੰਸੀਡੈਂਟ ਦੱਸਦਾ ਮੈਨੂੰ। ਦੇਖੋ, ਮੈਂ ਆਪਣੇ ਵੱਲੋਂ ਨਹੀਂ ਕੋਈ ਬੁਲਾ ਕੇ ਗੱਲ ਕਰਦਾ, ਜੋ ਪਰਿਵਾਰ ਨੇ ਮੈਨੂੰ ਦੱਸੀ। ਇੱਕ ਤਾਂ ਵੋਟਾਂ ਵਾਲੇ ਦਿਨ ਜਿਹੜੀ ਤੂੰ ਉਸ ਵੇਲੇ ਤਕਰਾਰਬਾਜ਼ੀ ਹੋਈ ਆ, ਉਹ ਕੁਲਦੀਪ ਧਾਲੀਵਾਲ ਦੇ ਬੰਦਿਆਂ ਨਾਲ ਹੋਈ ਆ। ਔਰ ਅੱਜ ਕੁਲਦੀਪ ਸਿੰਘ ਧਾਲੀਵਾਲ ਇਹਨਾਂ ਦਾ ਪਤਾ ਨਹੀਂ ਲੈਣ ਆਉਂਦਾ, ਫਿਰ ਮੈਨੂੰ ਸ਼ੱਕ ਪੈਂਦਾ ਕਿ ਭਾਈ ਕਿੱਥੇ ਤੁਹਾਡਾ ਤਾਂ ਨਹੀਂ ਹੱਥ ਇਸ ਕੰਮ ਦੇ ਪਿੱਛੇ। ਉਸ ਦਿਨ ਵੀ ਮੈਂ ਕੋਈ ਇਲਜ਼ਾਮ ਨਹੀਂ ਲਾਇਆ ਸੀ, ਉਸ ਦਿਨ ਵੀ ਮੈਂ ਕਿਹਾ ਸੀ ਮਦਦ ਕਰੋ, ਸੱਚ ਸਾਹਮਣੇ ਆਵੇ। ਹਰੇਕ ਕੋਲ ਅਧਿਕਾਰ ਆ ਪਤਾ ਹੋਣ ਦਾ ਕਿ ਉਹਨਾਂ ਦਾ ਪਰਿਵਾਰ ਦਾ ਜੀ ਕਿੱਥੇ ਆ, ਮਗਰ ਅੱਜ ਮਜਬੂਰਨ ਕਹਿਣਾ ਪੈ ਰਿਹਾ ਕਿ ਤੁਸੀਂ ਪੰਜਾਬ ਦੇ ਮੰਤਰੀ ਹੋ, ਤੁਸੀਂ ਆਮ ਆਦਮੀ ਪਾਰਟੀ ਦੇ ਮੰਤਰੀ ਨਹੀਂ ਹੋ, ਤੁਸੀਂ ਪੰਜਾਬ ਸੂਬੇ ਦੇ ਮੰਤਰੀ ਹੋ। 90 ਸਾਲ ਦੇ ਉਹਨਾਂ ਦੇ ਮਾਤਾ ਜੀ ਨੇ ਕੀ ਇਹਨਾਂ ਦੇ ਪ੍ਰਤੀ ਜਵਾਬਦੇਹੀ ਨਹੀਂ ਭਗਵੰਤ ਮਾਨ ਸਾਹਿਬ ਦੀ? ਆਹ ਮਾਤਾ ਜੀ ਇੱਥੇ ਬੈਠੇ ਆ, ਇਹਨਾਂ ਪ੍ਰਤੀ ਕੋਈ ਜਵਾਬਦੇਹੀ ਨਹੀਂ? ਕਿਉਂ ਇਹ ਜੇ ਹਾਲਾਤ ਬਣੇ ਲਾਅ ਐਂਡ ਆਰਡਰ ਦੇ? ਔਰ ਜੇ ਬਾਰਡਰ ਡਿਸਟ੍ਰਿਕਟ 'ਚ ਇਹ ਹਾਲ ਹੈ ਜਿੱਥੇ ਇੰਡੋ ਪਾਕ ਬਾਰਡਰ 'ਤੇ, ਤਾਂ ਤੁਸੀਂ ਪੰਜਾਬ ਦੇ ਹਾਲਾਤ ਵੇਖ ਲਓ ਕੀ ਬਣੇ ਪਏ। ਮੰਤਰੀ ਜਵਾਬ ਦੇ ਹੀ ਨਹੀਂ। ਔਰ ਮੈਂ ਦੋ ਵੀਡੀਓ ਜਿਹੜੀਆਂ ਹੋਈਆਂ, ਇੱਕ ਉਹਨੇ ਚੋਣਾਂ ਦੌਰਾਨ ਇਲੀਗਲ ਤਰੀਕੇ ਨਾਲ, ਇਲੀਗਲ ਕਣਕ ਜਿਹੜੀ ਵੰਡੀ ਜਾਣ ਦੀ ਸੀ, ਆਮ ਆਦਮੀ ਪਾਰਟੀ ਦੇ ਘਰਾਂ 'ਚੋਂ, ਕਾਰਕੁਨਾਂ 'ਚੋਂ ਦੇ ਘਰਾਂ 'ਚੋਂ ਜਿਹੜੀ ਕਣਕ ਵੱਢੀ ਜਾਣ ਦੀ ਸੀ, ਉਹਦਾ ਵਿਰੋਧ ਕੀਤਾ। ਕਿਉਂ ਕੀਤਾ? ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਗਾਈਡਲਾਈਨ ਦੀ ਉਲੰਘਣਾ ਸੀ। ਕੋਈ ਨਹੀਂ ਵੰਡ ਸਕਦਾ ਆਪਦੇ ਘਰ 'ਚ ਰੱਖ ਕੇ, ਕਣਕ ਨਹੀਂ ਵੰਡਣ ਦਾ ਅਧਿਕਾਰ ਕਿਸੇ ਕੋਲ, ਇਹ ਕਾਨੂੰਨ ਦੀ ਉਲੰਘਣਾ, ਇਹ ਚੋਣ ਕਮਿਸ਼ਨ ਦੀ ਗਾਈਡਲਾਈਨ ਦੀ ਉਲੰਘਣਾ। ਉਸ ਬੰਦੇ ਨੇ ਤਾਂ ਇਕੱਲਾ ਇਸ ਗੱਲ ਨੂੰ ਉਜਾਗਰ ਕੀਤਾ, ਉਸ ਸਰਦਾਰ ਲਖਵਿੰਦਰ ਸਿੰਘ ਨੇ ਸਿਰਫ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਈ ਸਹੀ ਲੋਕਾਂ ਨੂੰ ਕਣਕ ਵੱਢੀ ਜਾਵੇ, ਅਤੇ ਜੇ ਵੰਡਣੀ ਹੈ ਤਾਂ ਸਾਂਝੀ ਥਾਂ ਤੋਂ ਵੰਡੀ ਜਾਵੇ। ਉਹਨੇ ਕਿਹੜਾ ਕਾਨੂੰਨ ਤੋੜਤਾ ਭਾਈ? ਅਤੇ ਜੇ ਅੱਜ ਮੰਤਰੀ ਆ ਕੇ ਇਸ ਪਰਿਵਾਰ ਦੀ ਬਾਂਹ ਨਹੀਂ ਫੜਦਾ, ਤਾਂ ਫਿਰ ਮੰਤਰੀ ਦੀ ਵੀ ਭੁਲੀ ਮਿਲੀ ਭੁਗਤ ਦੀ ਜਾਂਚ ਹੋਣੀ ਚਾਹੀਦੀ ਹੈ। ਤੁਸੀਂ ਇੰਨੇ ਇਨਸੈਂਸੀਟਿਵ ਹੋ ਗਏ, ਤੁਹਾਡੇ ਕੋਈ ਦਰਦ ਨਹੀਂ?
ਰੱਬ ਨਾ ਕਰੇ ਤੁਹਾਡੇ ਕਿਸੇ ਪਰਿਵਾਰ ਦੇ ਜੀ ਨਾਲ ਇਹ ਜੀ ਵਾਪਰੇਗੀ ਤੇ ਤੁਸੀਂ ਮੈਂ ਕਹਿੰਦਾ ਸਾਰਾ ਸੂਬੇ ਦੇ ਉਲਟ ਪੁਲਟ ਕਰਦੇ ਹੋਏ ਲੋਕਾਂ ਦੇ ਘਰਾਂ ਤੇ ਫਰੋਲ ਮਾਰਨੇ ਅੱਜ, ਕਿਉਂਕਿ ਤੁਹਾਡਾ ਇਹਦੇ ਨਾਲ ਰਿਸ਼ਤਾ ਕੋਈ ਨਹੀਂ, ਤਾਂ ਤੁਹਾਡੀ ਇਹ ਕੋਈ ਹਮਦਰਦੀ ਨਹੀਂ ਪਰਿਵਾਰ ਨਾਲ। ਇੱਕ ਕਠੋਰ ਹਿਰਦੇ ਵਾਂਗੂ ਤੁਸੀਂ ਐਕਟ ਕਰ ਰਹੇ ਹੋ। ਉਸ ਦਿਨ ਵੀ ਮੈਂ ਅਪੀਲ ਕੀਤੀ ਸੀ ਕਿ ਭਾਈ ਸਾਡੀ ਕੋਈ ਪੋਲੀਟਿਕਸ ਨਹੀਂ, ਅਸੀਂ ਤਾਂ ਸੱਚ ਸਾਹਮਣੇ ਚਾਹੁੰਦੇ ਹਾਂ, ਇਕੱਲਾ ਅਤੇ ਇਕੱਲਾ ਸਰਦਾਰ ਲਖਵਿੰਦਰ ਸਿੰਘ ਜੀ ਨੂੰ ਚਾਹੁੰਦੇ ਕਿ ਉਹ ਘਰ ਮੁੜ ਆਉਣ। ਇਸ ਲਈ ਮੈਂ ਅੱਜ ਚਾਹੂੰਗਾ ਕਿ ਪਰਿਵਾਰ ਜੋ ਤੁਹਾਡੇ ਅੱਗੇ ਗੱਲ ਰੱਖਣਾ ਚਾਹੁੰਦਾ, ਆ ਉਹਨਾਂ ਦੇ ਜਦੋਂ ਆਪਦੇ ਚੰਗੇ ਵੇਲੇ ਖੁਸ਼ ਮਾਹੌਲ 'ਚ ਬਾਹਰ ਕੈਨੇਡਾ ਦੀ ਆ ਫੋਟੋ ਆ, ਉਹਨਾਂ ਦਾ ਮੁੰਡਾ ਜੀ ਦੀ ਮੈਂ ਵੀਡੀਓ ਉਹਨੇ ਸ਼ੇਅਰ ਕਰੂੰਗਾ। ਉਹਨੇ ਵਿਚਾਰੇ ਨੇ ਕੈਨੇਡਾ ਤੋਂ ਵੀਡੀਓ ਲਾਈਵ ਹੋ ਕੇ ਪਾਈ ਆ, ਉਹ ਵਿਚਾਰਾ ਉੱਥੇ ਰੋਣ ਡਿਆ, ਇਹ ਪਰਿਵਾਰ ਇੱਥੇ ਰੋਣ ਡਿਆ। ਮੈਨੂੰ ਸ਼ਰਮ ਆਉਂਦੀ ਹੈ ਕਿ ਮੈਂ ਇਹਨਾਂ ਨੂੰ ਕੀ ਆ ਕੇ ਜਵਾਬ ਦੇਵਾਂ। ਮੈਨੂੰ ਪੁੱਛਦੇ 24 ਦਿਨ ਹੋ ਗਏ ਜੀ, ਕਲੂਲਸ, ਕੋਈ CCTV ਸਾਰੇ ਇੱਥੇ, ਇਹ ਤਾਂ ਕਹਿੰਦੇ ਸੀ ਕਿ ਇਹ ਚੱਪੇ ਚੱਪੇ 'ਚ CCTV ਲਵਾਈ ਆ। ਭਗਵੰਤ ਮਾਨ ਸਾਹਿਬ ਕਹਿੰਦੇ ਇੱਥੇ ਮੱਖੀ ਨਹੀਂ ਕੀੜੀ ਨਹੀਂ ਹਿੱਲ ਸਕਦੀ, ਮੇਰੇ ਸਭ ਕੁਝ ਮੇਰੇ ਨੋਟਿਸ 'ਚ ਆ, ਕੌਣ ਕੀ ਕਰ ਰਿਹਾ। ਅਤੇ ਭਾਈ ਤੇਰੇ ਨੋਟਿਸ 'ਚ ਆ ਤਾਂ ਫਿਰ ਦੱਸ ਦੇ ਸਰਦਾਰ ਲਖਵਿੰਦਰ ਸਿੰਘ ਜੀ ਕਿੱਥੇ ਨੇ। ਮਤਲਬ ਕਮਾਲ ਹੋ ਗਈ ਯਾਰ, 25 ਦਿਨ ਕੋਈ ਜਵਾਬ ਨਹੀਂ, ਜੇ ਸਰਕਾਰ ਦਊਗੀ ਤਾਂ ਫਿਰ ਆਸ ਕਿਤੋਂ ਰੱਖੀਏ। ਆ ਉਹਨਾਂ ਦੇ ਬੇਟੇ ਦੀ ਮੈਂ ਵੀਡੀਓ ਅੱਜ ਚਲਾ ਸੁਣਾਇਓ ਜੀ, ਜਿਹੜੀ ਉਹਨੇ ਪਾਈ ਹੈ। ਫਿਰ ਬੇਟੀ ਗੱਲ ਕਰੂਗੀ, ਇਹ ਗੁਰਨੂਰ ਹੈ ਨਾ ਜੀ ਮੁੰਡੇ ਦਾ, ਜੀ ਫੁੱਲ ਕਰ ਦਿਓ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਨੂਰਪ੍ਰੀਤ ਸਿੰਘ ਹੈ, ਮੈਂ ਇਸ ਟਾਈਮ ਕੈਨੇਡਾ ਵਿੱਚ ਹਾਂ। ਮੇਰੇ ਪਾਪਾ ਸਰਦਾਰ ਲਖਵਿੰਦਰ ਸਿੰਘ, ਜਿਹੜੇ ਪਿੰਡ ਹਰਸ਼ਾ ਸ਼ੀਨਾ ਸੁਭਾਸ਼ਪੁਰ ਤੋਂ ਲਾਪਤਾ ਹੋਏ ਨੇ 10 ਤਰੀਕ ਦੇ, ਅਤੇ ਅੱਜ 4 ਤਰੀਕ ਹੋ ਗਈ ਹੈ ਅਤੇ ਹਜੇ ਤੱਕ ਉਹਨਾਂ ਦਾ ਕੁਝ ਵੀ ਪਤਾ ਨਹੀਂ ਚੱਲ ਰਿਹਾ। ਪੁਲਿਸ ਕੰਪਲੇਂਟ ਵੀ ਕੀਤੀ ਹੈ ਪਰ ਉਹਨਾਂ ਵੱਲੋਂ ਵੀ ਸਾਨੂੰ ਹਜੇ ਤੱਕ ਕੁਛ ਇਨਫੋਰਮੇਸ਼ਨ ਨਹੀਂ ਦਿੱਤੀ ਗਈ। ਸਾਡਾ ਸਾਰਾ ਪਰਿਵਾਰ ਇਸ ਟਾਈਮ 'ਤੇ ਬਹੁਤ ਪਰੇਸ਼ਾਨ ਹੈ, ਕਿਰਪਾ ਕਰਕੇ ਸਾਨੂੰ ਜਦੋਂ ਵੀ ਤੁਹਾਨੂੰ ਪਤਾ ਲੱਗਦਾ ਹੈ ਸਾਨੂੰ ਦੱਸਿਆ ਜਾਵੇ ਅਤੇ ਥੱਲੇ ਦਿੱਤੇ ਕੰਟੈਕਟ 'ਤੇ ਸਾਨੂੰ ਕੰਟੈਕਟ ਕੀਤਾ ਜਾਵੇ। ਹੁਣ ਇਹ ਬੱਚਾ ਆਪਦਾ ਕੰਟੈਕਟ ਨੰਬਰ ਸ਼ੇਅਰ ਕਰ ਰਿਹਾ ਕਿ ਭਾਈ ਜੇ ਕੁਛ ਨਹੀਂ ਕਰਨਾ ਸਾਨੂੰ ਇਨਫੋਰਮ ਕਰ ਦਿਓ, ਅਸੀਂ ਆਪ ਜੋ ਕਰ ਸਕਦੇ ਕਰਨ ਨੂੰ ਤਿਆਰ ਹਾਂ। ਬੰਦਾ ਆਪਦਾ ਕੰਟੈਕਟ ਨੰਬਰ ਉਦੋਂ ਦਿੰਦਾ ਜਦੋਂ ਉਹਦਾ ਸਰਕਾਰ ਜਾਂ ਪ੍ਰਸ਼ਾਸਨ ਤੋਂ ਭਰੋਸਾ ਉੱਠ ਜਾਂਦਾ। ਇਹ ਹਾਲਾਤ ਪੈਦਾ ਕਿਉਂ ਹੋ ਰਹੇ ਆ? ਕਿ ਮੰਤਰੀ ਸਾਹਿਬ ਨੂੰ ਕੋਈ ਹਮਦਰਦੀ ਨਹੀਂ, ਕੋਈ ਜ਼ਿੰਮੇਵਾਰੀ ਨਹੀਂ, ਕੋਈ ਜਵਾਬਦੇਹੀ ਨਹੀਂ ਮੁੱਖ ਮੰਤਰੀ ਸਾਹਿਬ ਦੀ, ਕੋਈ ਜ਼ਿੰਮੇ, ਤੁਸੀਂ ਗਾਲਾਂ ਕੱਢੀ ਜਾਓਗੇ ਵਿਰੋਧੀਆਂ ਨੂੰ। ਮਗਰ ਭਾਈ ਜਿਹੜੇ ਪੰਜਾਬ ਦੇ ਲੋਕਾਂ ਨੇ ਵੋਟਾਂ ਦਿੱਤੀਆਂ ਉਹਨਾਂ ਨੂੰ ਤਾਂ ਜਾਨ ਮਾਲ ਦੀ ਹਿਫਾਜ਼ਤ ਕਰ ਲਿਓ। ਸੋ ਮੈਂ ਚਾਹੂੰਗਾ ਉਹਨਾਂ ਦੇ ਬੇਟੀ ਕੁਛ ਕਹਿਣਾ ਚਾਹੁੰਦੇ ਆ, ਉਹਨਾਂ ਦੀ ਗੱਲ ਤੁਸੀਂ ਜ਼ਰੂਰ। ਪੁਲਿਸ ਨੇ ਸਰ ਹੁਣ ਤੱਕ ਕਿਹਾ ਕੀ ਇਹਨਾਂ ਨੂੰ ਪਰਿਵਾਰ ਨੂੰ? ਇਹ ਚਲੋ ਪਰਿਵਾਰ ਹੀ ਦੱਸੂ ਜੀ ਮੈਂ, ਕਿਉਂਕਿ ਮੈਂ ਕੋਈ ਗੱਲ ਕਰੂੰਗਾ ਤਾਂ ਕਹਿਣਗੇ ਜੀ ਸਿਆਸਤ ਕਰਦੇ। ਆਪਾਂ ਤਾਂ ਸਿਆਸਤ ਕਰਦੀ ਨਹੀਂ, ਤਾਂ ਚਾਹੁੰਦੇ ਬੰਦਾ ਲੱਭ ਦਿਓ ਜੀ ਸਾਡਾ, ਜਾਂ ਪਰਿਵਾਰ ਨੂੰ ਤਾਂ ਦੱਸ ਦਿਓ ਬੰਦਾ ਹੈ ਕਿੱਥੇ, ਨਹੀਂ ਹੈ, ਕੀ ਹਾਲਾਤ ਨੇ। ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ ਦੱਸਣੀ। ਹੁਣ ਇਹ ਕਿਹਦੇ ਕੋਲ ਜਾਣ, ਜਾਂ ਤੁਹਾਡੇ ਕੋਲ ਆ ਸਕਦੇ, ਜਾਂ ਪ੍ਰਸ਼ਾਸਨ ਕੋਲ ਜਾ ਸਕਦੇ, ਜਾਂ ਹਾਈ ਕੋਰਟ ਜਾ ਸਕਦੇ। ਪਹਿਲਾਂ ਪੁਲਿਸ ਕੋਲ ਗਏ, ਸਰਕਾਰ ਨੂੰ ਅਪੀਲ ਕਰਾਈ, 0 ਰਿਜ਼ਲਟ। ਤੁਹਾਡੇ ਕੋਲ ਆਏ, ਤੁਸੀਂ ਗੱਲ ਨੂੰ ਹਾਈਲਾਈਟ ਕੀਤਾ ਮਗਰ ਹਾਲੇ ਵੀ ਰਿਜ਼ਲਟ ਕੋਈ ਨਹੀਂ। ਅੱਜ ਤੁਹਾਡੇ ਕੋਲ ਆਏ ਹਾਂ ਅਤੇ ਬੜੀ ਛੇਤੀ ਹਾਈ ਕੋਰਟ ਜਾਵਾਂਗੇ, ਕਿਉਂਕਿ ਫਿਰ ਹਾਈ ਕੋਰਟ ਬੰਦਾ ਉਦੋਂ ਜਾਂਦਾ ਜਦੋਂ ਉਹਨੂੰ ਸਰਕਾਰ ਕੋਲੋਂ ਆਸ ਹੀ ਕੋਈ ਨਾ ਹੋਵੇ।
ਤੁਸੀਂ ਦੱਸੋ ਜੀ। ਪਵਨ ਬੇਟੀ ਹੈ ਜੀ, ਇਹ ਦੱਸਣਾ ਚਾਹੁੰਗੇ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪਵਨਦੀਪ ਕੌਰ ਹੈ। ਮੇਰੇ ਪਿਤਾ ਜੀ ਲਖਵਿੰਦਰ ਸਿੰਘ 10 ਤਰੀਕ 'ਤੇ ਗਏ, ਅਜੇ ਤੱਕ ਸਾਨੂੰ ਕੁਛ ਵੀ ਨਹੀਂ ਪਤਾ ਚੱਲ ਸਕਿਆ। ਪੁਲਿਸ ਨੂੰ ਵੀ ਅਸੀਂ ਜਾਣਦੇ ਹਾਂ, ਫਿਲਹਾਲ ਅਜੇ ਕੁਛ ਵੀ ਕਲੂ ਕਹਿੰਦੇ ਸਾਨੂੰ ਮਿਲ ਹੀ ਨਹੀਂ ਰਿਹਾ। ਮਤਲਬ ਸਾਨੂੰ ਕੁਛ ਤਾਂ ਪਤਾ ਚੱਲੇ ਵੀ ਉਹ ਕਿੱਥੇ ਆ, ਕਿਵੇਂ ਆ। ਮਤਲਬ ਮੋਟਰਸਾਈਕਲ ਵੀ ਅਜੇ ਤੱਕ ਨਹੀਂ ਕੁਛ ਮਿਲਿਆ, ਮਤਲਬ ਕੁਛ ਵੀ ਸਾਨੂੰ ਅਜੇ ਤੱਕ ਕਹਿ ਹੀ ਨਹੀਂ ਰਹੇ। ਉਹ ਕਹਿੰਦੇ ਸਾਨੂੰ ਕੁਛ ਪਤਾ ਹੀ ਨਹੀਂ ਲੱਗ ਰਿਹਾ, ਅਸੀਂ ਕਿੱਥੋਂ ਦੱਸੀਏ। ਅਸੀਂ ਸਾਰਿਆਂ ਨੂੰ ਇਹੋ ਬੇਨਤੀ ਕਰ ਸਕਦੇ ਹਾਂ ਵੀ ਸਾਨੂੰ ਅਜੇ ਤੱਕ ਕੁਛ ਤਾਂ ਸਾਨੂੰ ਹੈਲਪ ਕੀਤੀ ਜਾਵੇ ਵੀ, ਤਾਂ ਕਿ ਸਾਨੂੰ ਪਤਾ ਲੱਗ ਜਾਵੇ ਉਹ ਕਿੱਥੇ ਆ, ਘਰ ਆ ਜਾਣ। ਸਾਨੂੰ ਬਸ ਬੇਨਤੀ ਕਰ ਸਕਦੇ ਹਾਂ ਅਸੀਂ, ਅਤੇ ਹੋਰ ਤਾਂ ਅਸੀਂ ਕੁਛ ਵੀ ਨਹੀਂ ਕਰ ਸਕਦੇ। ਹੁਣ ਇਹ ਵੀ ਅੱਗੇ ਅਸੀਂ SP ਸਰ ਨੂੰ ਵੀ ਮਿਲੇ ਹਾਂ, ਫਿਰ ਅਸੀਂ SHO ਸਭ ਕੋ ਗਏ ਹਾਂ, ਅਤੇ ਸਾਰੇ ਇੱਕੋ ਜਵਾਬ ਦੇ ਰਹੇ ਆ ਵੀ ਅਸੀਂ ਕਲੂ ਲੈਸ ਆ। ਅਸੀਂ ਤਾਂ ਇਹੋ ਹੀ ਕਹਿਣਾ ਚਾਹੁੰਦੇ ਹਾਂ ਵੀ ਸਾਡੀ ਮਦਦ ਕੀਤੀ ਜਾਵੇ। ਅਸੀਂ ਇੰਨੇ ਚਿਰ ਦੇ ਤੜਫ ਰਹੇ ਹਾਂ, ਫੈਮਿਲੀ ਸਾਡੀ ਬਾਹਰ, ਮੇਰੇ ਭੈਣ ਭਰਾ ਉਹ ਰੋ ਰਹੇ ਆ, ਮੇਰੇ ਮਾਤਾ ਜੀ, ਮੇਰੇ ਦਾਦੀ ਜੀ ਆ। ਮਤਲਬ ਸਾਨੂੰ ਕੁਛ ਪਤਾ ਹੀ ਨਹੀਂ ਚੱਲ ਰਿਹਾ, ਸਾਨੂੰ ਕੋਈ ਤਾਂ ਹੈਲਪ ਕਰਨ, ਸਾਨੂੰ ਕੁਛ ਹੀ ਦੱਸਣ ਵੀ ਉਹ ਕਿੱਥੇ ਗਏ, ਕਿਵੇਂ ਗਏ, ਸਾਨੂੰ ਕੁਛ ਤਾਂ ਪਤਾ ਚੱਲੇ। ਜਿਸ ਤਰ੍ਹਾਂ ਜੀਟੀਆ ਸਾਹਿਬ ਨੇ ਜ਼ਿਕਰ ਕੀਤਾ ਕਿ ਜਿਹੜੇ ਮੰਤਰੀ ਨੇ ਉਹ 10 ਕਿਲੋਮੀਟਰ ਦੀ ਦੂਰੀ ਤੇ ਰਹੇ, ਹਾਂਜੀ, ਉਹਨਾਂ ਦੇ ਨਾਲ ਸੰਪਰਕ ਜਾਂ ਉਹਨਾਂ ਨੇ ਕੋਸ਼ਿਸ਼ ਕੀਤੀ? ਅਜੇ ਕੋਈ ਵੀ ਕੋਈ ਕਿਸੇ ਨੇ ਕੰਟੈਕਟ ਵੀ ਨਹੀਂ ਕੀਤਾ, ਨਾ ਕੋਈ ਸਾਡੇ ਕੋਲ ਹੀ ਆਇਆ। ਤੁਸੀਂ ਕਿਸੇ ਨੂੰ ਸੰਪਰਕ ਕੀਤਾ? ਸਾਡੇ ਕੋਲ ਕੰਟੈਕਟ ਨੰਬਰ ਵੀ ਨਹੀਂ ਹੈਗੇ, ਅਸੀਂ ਕਿਹਨੂੰ ਸੰਪਰਕ ਕਰ ਸਕਦੇ ਹਾਂ? ਇਹਨਾਂ ਨੇ ਕਿਸੇ ਨੇ ਕੋਈ ਕੰਟੈਕਟ ਨਹੀਂ ਕੀਤਾ ਅਜੇ ਤੱਕ। ਦੇਖੋ ਬਾਰ ਬਾਰ ਫੈਮਿਲੀ ਆ ਨੰਬਰ ਵੀ ਸ਼ੇਅਰ ਕਰ ਰਹੀ ਆ ਜੀ, ਕਿਉਂਕਿ ਇਹ ਹਾਲਾਤ ਪੈਦਾ ਤਾਂ ਹੋਏ ਆ ਕਿ ਤੁਸੀਂ ਸਾਨੂੰ ਵੀ ਫੋਨ ਕਰ ਦਿਓ। ਔਰ ਮੈਂ ਪ੍ਰੈਸ ਨੂੰ ਚਾਹੂੰਗਾ ਕਿ ਉਹ ਬੱਚੇ ਨੇ ਵੀ ਨੰਬਰ ਸ਼ੇਅਰ ਕੀਤਾ, ਤੁਸੀਂ ਵੀ ਕਰੋ, ਸੋ ਦੈਟ ਕਿਸੇ ਨੂੰ ਵੀ ਸਰਦਾਰ ਲਖਵਿੰਦਰ ਸਿੰਘ ਜੀ ਇਹਨਾਂ ਦੀ ਆ ਸਰ ਸਾਹਿਬ ਦੀ ਫੋਟੋ ਆ ਉਹ ਵੀ ਲੱਗੀ ਆ, ਕੋਈ ਉਹਨਾਂ ਨੂੰ ਕਿਸੇ ਨੂੰ ਪਤਾ ਲੱਗਦਾ ਤਾਂ ਜ਼ਰੂਰ ਇਨਫੋਰਮ ਕਰੋ ਪਰਿਵਾਰ ਨੂੰ। ਮਗਰ ਇਹ ਹਾਲਾਤ ਤਾਂ ਪੈਦਾ ਹੋਏ ਆ ਜਦੋਂ ਸਰਕਾਰ ਤੋਂ ਵਿਸ਼ਵਾਸ ਹੀ ਉੱਠ ਗਿਆ। ਸਰਦਾਰ ਲਖਵਿੰਦਰ ਸਿੰਘ ਮੇਰੇ ਫਾਦਰ ਇਨ ਲਾਅ ਨੇ ਜੀ, ਅਤੇ ਜਿੱਦਾਂ ਤੁਹਾਨੂੰ ਪਤਾ ਉਹ 10 ਤਰੀਕ ਤੋਂ ਨਹੀਂ ਮਿਲ ਰਹੇ, ਅਤੇ ਅਸੀਂ ਪੁਲਿਸ ਵੱਲੋਂ ਵੀ 1% ਵੀ ਸਾਨੂੰ ਉਹਦੇ ਵੱਲੋਂ ਕੁਛ ਨਹੀਂ ਦੱਸਿਆ ਗਿਆ। ਅਸੀਂ ਚਾਹੁੰਦੇ ਹਾਂ ਵੀ ਸਾਡਾ ਕੇਸ CBI ਕੋਲ ਜਾਵੇ, ਅਤੇ ਅਸੀਂ ਹਾਈ ਕੋਰਟ ਵੀ ਹੁਣ ਜਾ ਰਹੇ ਹਾਂ। ਜੇ ਸਾਨੂੰ ਪੁਲਿਸ ਜੇ ਕੁਛ ਪੁਲਿਸ ਨੇ ਕੀਤਾ ਹੁੰਦਾ ਸਾਨੂੰ ਹੁਣ ਤੱਕ ਜ਼ਰੂਰ ਦੱਸਦੇ ਉਹ ਕੁਛ ਨਾ ਕੁਛ, ਪਰ 24 ਦਿਨ ਹੋ ਗਏ ਆ, ਉਹਨਾਂ ਨੇ ਸਾਨੂੰ 0.001% ਵੀ ਨਹੀਂ ਦੱਸਿਆ ਵੀ ਉਹ ਕਿੱਥੇ ਜਾਂ ਕਿੱਧਰ ਨੂੰ ਗਏ ਨੇ, ਜਾਂ ਸਾਨੂੰ ਬਾਈਕ ਬਾਰੇ ਵੀ ਨਹੀਂ ਕੁਛ ਦੱਸਿਆ ਉਹਨਾਂ ਨੇ। ਇੱਕ ਸਾਡੀ ਚੀਜ਼ ਹੋਰ ਜੀ, ਜਿਹੜੇ ਬੰਦਿਆਂ ਨਾਲ ਉਹਨਾਂ ਦੀ ਝੜਪ ਵੀ ਹੋਈ ਸੀ ਵੋਟਾਂ ਵਾਲੇ ਦਿਨ, ਅਤੇ ਵੋਟਾਂ ਤੋਂ 2-3 ਦਿਨ ਪਹਿਲਾਂ, ਉਹ ਰੂਲਿੰਗ ਪਾਰਟੀ ਦੇ ਬੰਦੇ ਨੇ, ਅਤੇ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਬੰਦਿਆਂ ਦੀ ਜਿਹੜੀ CDR ਆ ਫੋਨ ਦੀ ਉਹ ਵੀ ਕਢਾਈ ਜਾਵੇ ਵੀ ਉਹ 10 ਤਰੀਕ ਤੋਂ ਬਾਅਦ ਜਾਂ 10 ਤਰੀਕ ਤੋਂ 1-2 ਦਿਨ ਪਹਿਲਾਂ ਉਹ ਕਿੱਥੇ ਸੀਗੇ, ਅਤੇ ਹੁਣ ਤੱਕ ਉਹਨਾਂ ਦਾ ਕਿੱਥੇ ਕਿੱਥੇ ਕਿਹੜੇ ਟਾਵਰ ਨਾਲ ਕੰਟੈਕਟ ਹੁੰਦਾ ਆ। ਅਤੇ ਜਦੋਂ ਅਸੀਂ ਪੁਲਿਸ ਕੋਲ ਵੀ ਜਾਂਦੇ ਹਾਂ ਉਹ ਸਾਨੂੰ ਕਹਿੰਦੇ ਆ ਵੀ ਅਸੀਂ ਦੇਖਿਆ ਹੋਇਆ ਆ, ਅਸੀਂ ਕੀਤਾ ਹੋਇਆ ਆ, ਸਾਨੂੰ ਨਹੀਂ ਕੁਛ ਪਤਾ ਲੱਗ ਰਿਹਾ। ਪਰ ਇਹ ਇੱਕ ਨਾ ਯਕੀਨ ਕਰਨ ਵਾਲੀ ਗੱਲ ਹੀ ਆ ਜੀ, ਇੱਦਾਂ ਹੋ ਨਹੀਂ ਸਕਦਾ ਵੀ ਇੱਕ ਬੰਦਾ ਮੋਟਰਸਾਈਕਲ 'ਤੇ ਗਿਆ ਹੋਵੇ ਅਤੇ ਕਿਸੇ ਮਤਲਬ ਬੰਦੇ ਦੇ ਕੰਟੈਕਟ 'ਚ ਉਹ ਜ਼ਰੂਰ ਆਇਆ ਹੁੰਦਾ ਆ ਵੀ ਕਿਸੇ ਨੇ ਦੇਖਿਆ ਹੁੰਦਾ ਜਾਂ ਕਿਸੇ ਨੇ ਆਵਾਜ਼ ਮਾਰੀ, ਅਤੇ ਸਾਨੂੰ ਪੁਲਿਸ ਕਹਿ ਰਹੀ ਆ ਵੀ ਸਾਨੂੰ ਕੁਛ ਵੀ ਨਹੀਂ ਪਤਾ ਲੱਗ ਰਿਹਾ। ਅਤੇ ਇੱਕ ਅਸੀਂ FIR ਤੋਂ ਵੀ ਬਿਲਕੁਲ ਸੰਤੁਸ਼ਟ ਨਹੀਂ ਹੈਗੇ। ਜਿਹੜੀ ਇਹਨਾਂ ਨੇ FIR ਦਰਜ ਕੀਤੀ ਆ ਉਹ ਸੈਕਸ਼ਨ 346 ਤਹਿਤ ਕੀਤੀ ਆ, ਉਹ ਈਜ਼ੀਲੀ ਅਵੇਲੇਬਲ ਆ। ਅਸੀਂ ਚਾਹੁੰਦੇ ਹਾਂ ਵੀ ਸੈਕਸ਼ਨ 363 ਅਤੇ 64 ਦੇ ਤਹਿਤ ਮੁਕੱਦਮਾ ਦਰਜ ਹੋਣਾ ਚਾਹੀਦਾ ਸੀ,
ਜਿਹੜਾ ਕਿ ਸਾਨੂੰ ਲੱਗਦਾ ਵੀ ਉਹ ਸਹੀ ਆ ਵੀ ਉਹ ਨੌਨ ਅਵੇਲੇਬਲ ਜਾਂ ਐਡੀ ਛੇਤੀ ਬੇਲ ਨਹੀਂ ਹੁੰਦੀ ਉਸ ਮਾਮਲੇ 'ਚ, ਤੁਹਾਨੂੰ ਸਾਨੂੰ ਤਾਂ ਕਰਕੇ ਥੋੜ੍ਹਾ ਜਿਹਾ ਪੁਲਿਸ ਤੋਂ ਯਕੀਨ ਉੱਠਦਾ ਜਾ ਰਿਹਾ ਵੀ ਉਹਨਾਂ ਨੇ ਇੰਨੀ ਹੌਲੀ FIR ਦਰਜ ਕੀਤੀ ਆ ਵੀ ਸੈਕਸ਼ਨ ਵੀ ਬਹੁਤ ਲੋਅ ਲੈਵਲ ਦਾ ਅਤੇ ਸਾਨੂੰ ਜਿੱਦਾਂ ਦੱਸ ਵੀ ਨਹੀਂ ਰਿਹਾ ਉਹ, ਅਤੇ ਇਸ ਲਈ ਸਾਡਾ ਉਹਨਾਂ ਤੋਂ ਜੀ ਪੂਰਾ ਯਕੀਨ ਉੱਠਿਆ ਹੋਇਆ। ਹੁਣ ਅੱਗੇ ਬੇਨਤੀ ਕਰਦੀ ਹਾਂ ਕਿ ਮੇਰੇ ਪੁੱਤਰ ਲਖਵਿੰਦਰ ਸਿੰਘ ਦਾ ਪਤਾ ਕਰਕੇ ਮੈਨੂੰ ਦੱਸੋ। ਅੱਜ 25 ਦਿਨ ਹੋ ਗਏ ਹਨ, ਮੇਰਾ ਬੱਚਾ ਨਹੀਂ ਕਿਤੋਂ ਆਇਆ। ਮੇਰਾ ਆਪਣੇ ਬੱਚੇ ਤੋਂ ਜਿਉਣ ਬਿਨਾਂ ਮਾੜਾ। ਮੈਂ ਬੇਨਤੀ ਕਰਦੀ ਹਾਂ ਮੇਰੇ ਪੁੱਤਰਾ ਜ਼ਰੂਰ ਪਤਾ ਕਰੋ। ਮੈਂ ਤੁਹਾਡੇ ਅੱਗੇ ਸਾਰਿਆਂ ਅੱਗੇ ਹੱਥ ਜੋੜਦੀ ਹਾਂ, ਮੇਰਾ ਪੁੱਤ ਕਿਤੋਂ ਲੱਭ ਕੇ ਮੈਨੂੰ ਦੱਸੋ। ਇਹ ਵੀ ਸੋਚਿਆ ਹੋਇਆ ਸੀ ਵੀ ਬਾਹਰ 4-5 ਸਾਲ ਹੋਰ ਲਾ ਕੇ ਅਸੀਂ ਇੱਥੇ ਆਵਾਂਗੇ, ਆਪਣੇ ਪਰਿਵਾਰ ਦੇ ਨਾਲ ਇੱਥੇ ਇਕੱਠੇ ਰਹਾਂਗੇ। ਪਰ ਜੇ ਮੇਰਾ ਕੋਈ NRI ਭਰਾ ਭੈਣ ਜੋ ਵੀ ਇਹ ਖਬਰ ਸੁਣ ਰਿਹਾ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇੱਥੇ ਲਾਅ ਐਂਡ ਆਰਡਰ ਪੰਜਾਬ ਸਰਕਾਰ ਵੱਲੋਂ ਬਿਲਕੁਲ ਵੀ ਨਹੀਂ ਸਾਂਭਿਆ ਜਾ ਰਿਹਾ। ਜੇ ਤੁਸੀਂ ਇੱਥੇ ਆ ਕੇ ਰਹਿਣ ਬਾਰੇ ਸੋਚ ਵੀ ਰਹੇ ਹੋ ਤਾਂ ਪਹਿਲਾਂ ਇੱਥੇ ਪੁੱਛਗਿੱਛ ਆ ਕੇ ਦੇਖ ਲਓ ਵੀ ਇੱਥੇ ਹਾਲ ਕੀ ਆ। ਤੁਸੀਂ ਸਾਡੀ ਖਬਰ ਵੀ ਦੇਖੋ ਵੀ ਤੁਹਾਡੇ ਕੋਈ ਪਰਿਵਾਰ ਦਾ ਮੈਂਬਰ ਜੇ ਕਿਤੇ ਚਲੇ ਗਿਆ, ਇਹਨਾਂ ਨੇ 1% ਵੀ ਕੋਈ ਜ਼ਿੰਮੇਵਾਰੀ ਨਹੀਂ ਲੈਣੀ ਵੀ ਤੁਹਾਨੂੰ ਉਹਦੇ ਬਾਰੇ ਕੁਛ ਦੱਸਣ ਜਾਂ ਤੁਹਾਨੂੰ ਉਹਦਾ ਕੁਛ ਕੋਈ ਵੀ ਲਿੰਕ ਦੱਸਣ ਵੀ ਉਹ ਬੰਦਾ ਕਿੱਥੇ ਆ। ਜੇ ਤੁਹਾਡੇ ਕੋਈ ਪਰਿਵਾਰ ਦਾ ਮੈਂਬਰ ਗਵਾਚ ਗਿਆ, ਨਹੀਂ ਤਾਂ ਸਾਡੇ ਵਾਲਾ ਹਾਲ ਨਾ ਹੋਵੇ ਜੀ ਤੁਹਾਡਾ, ਵੀ 25 ਦਿਨ ਸਾਨੂੰ ਕੁਛ ਵੀ ਨਹੀਂ ਪਤਾ ਲੱਗਾ। ਅਤੇ ਹੁਣ ਇਹ ਚੀਜ਼ ਤੋਂ ਬਾਅਦ ਵੀ ਸਾਡਾ ਵੀ ਇੱਥੇ ਮਨ ਨਹੀਂ ਉੱਠ ਜਾਣਾ ਵੀ ਇੱਥੇ ਅਸੀਂ ਆਪਣਾ ਪਰਿਵਾਰ ਇੱਥੋਂ ਲੈ ਜਾਈਏ ਬਾਹਰ ਹੀ ਬਸ।